ਮੈਂ ਕਿਸ਼ੋਰ ਰਾਜਪੂਤ, ਪ੍ਰਧਾਨ ਆਜ਼ਾਦ ਜਨ ਐਕਸਪ੍ਰੈਸ ਕਲੱਬ ਰਜਿਸਟਰਡ ਪੰਜਾਬ। ਸਾਡੀ ਜੇ ਮੈਂ ਹਰ ਵਾਰੀ ਮੈਂ ਕਹਿੰਦਾ ਹੁੰਦਾ ਕਿ ਮਹੀਨਾਵਾਰ ਮੀਟਿੰਗ ਜਿਹੜੀ ਆ ਉਹ 18 ਤਰੀਕ ਨੂੰ ਹਰ ਮਹੀਨੇ ਹੁੰਦੀ ਹੈ, ਜੇ ਕੋਈ ਛੁੱਟੀ ਆ ਜਾਵੇ ਤਾਂ ਅਗਲੇ ਦਿਨ ਹੁੰਦੀ ਹੈ, ਨਹੀਂ ਤਾਂ ਹਰ ਮਹੀਨੇ ਮੀਟਿੰਗ, ਕੋਈ ਟਾਲਣ ਦਾ ਮਤਲਬ ਨਹੀਂ ਆ, ਕੰਟੀਨਿਊ ਹੁੰਦੀ। ਮੈਂਬਰ 30 ਦੇ 25 ਆਣ, 15 ਆਣ, 2 ਆਣ, 10 ਆਣ, ਜਿੰਨੇ ਵੀ ਮੈਂਬਰ ਆਉਂਦੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਵਾ। ਔਰ ਜਦੋਂ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਦੇ ਵਿੱਚ ਜਿਹੜੇ ਪੱਤਰਕਾਰ ਸਾਥੀ ਹੈ ਜੇ ਫੀਲਡ 'ਚ ਕੰਮ ਕਰਦੇ ਆ ਉਹ ਆਪਣੇ ਵਿਚਾਰ ਰੱਖਦੇ ਆ, ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਹੁੰਦੀ ਹੈ, ਕਿਸੇ ਨੂੰ ਦੂਜੇ ਦੀ ਕੋਈ ਜ਼ਰੂਰਤ ਹੁੰਦੀ ਤਾਂ ਫੋਨ ਦੇ ਵਿੱਚ ਟੱਚ 'ਚ ਰਹਿੰਦੇ ਆ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਜਿਹੜਾ ਇਸ ਵੇਲੇ ਜਿਹੜਾ ਵਰਤਮਾਨ ਜਿਹੜਾ ਸਮਾਂ ਚੱਲ ਰਿਹਾ ਵਾ ਇਹਦੇ ਵਿੱਚ ਜਿਹੜਾ ਹੈਗਾ ਮੈਂ ਦੇਖਿਆ ਕਿ ਯੂਨਿਟੀ ਦੀ ਬਹੁਤ ਜ਼ਿਆਦਾ ਸਖ਼ਤ ਜ਼ਰੂਰਤ ਹੈ। ਆਪਾਂ ਇੱਕਜੁੱਟ ਹੋ ਕੇ ਰਹਾਂਗੇ, ਇੱਕਮੁੱਠ ਰਹਾਂਗੇ ਅਤੇ ਅਗਾਂਹ ਪ੍ਰਸ਼ਾਸਨ ਨੂੰ, ਅਗਾਂਹ ਲੋਕਾਂ ਨੂੰ, ਸਾਰਿਆਂ ਨੂੰ ਪਤਾ ਹੋਊਗਾ ਕਿ ਜਿਹੜਾ ਪ੍ਰੈਸ ਕਲੱਬ ਹੈ ਇਹ ਇੱਕਜੁੱਟ ਹੋ ਕੇ ਚੱਲਦਾ, ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਵਾ। ਇਹ ਵੀ ਸ਼ਹਿਰ ਦੇ ਵਿੱਚ ਵਹੀਕਲ ਹੈਗੇ ਆ ਅਤੇ ਮੈਨੂੰ ਤਾਂ ਲੱਗਦਾ ਵੀ ਕੁਛ ਥੋੜ੍ਹੇ ਬਹੁਤ ਭਾਵੇਂ ਬਚੇ ਹੁਣ, ਜਿਹਦੇ 'ਚ ਕੋਈ ਪ੍ਰੈਸ ਸ਼ਬਦ ਨਾ ਲਿਖਿਆ ਹੋ ਜਾਵੇ, ਪ੍ਰੈਸ ਕਿਸੇ ਗੱਡੀ 'ਚ ਦੁਪਹੀਆ ਵਾਹਨ 'ਚ ਨਾ ਲਿਖਿਆ ਹੋਵੇ। ਅਤੇ ਮੈਨੂੰ ਇੱਦਾਂ ਲੱਗਦਾ ਜਿੱਥੇ ਤੱਕ ਮੈਨੂੰ ਸ਼ਿਕਾਇਤ ਆਈ ਹੈ ਵੀ ਲੋਕ ਕੋਈ ਚੈਨਲ ਚੱਲਦੇ ਪਏ ਆ, ਕੋਈ ਥੋੜ੍ਹੇ ਬਹੁਤ ਪੈਸੇ 500-700 ਹਜ਼ਾਰ ਰੁਪਏ ਲੈ ਕੇ ਉਹ ਕਾਰਡ ਦੇ ਜਾਂਦੇ ਆ, ਔਰ ਕਾਰਡ ਉਹਨਾਂ ਬੰਦਿਆਂ ਨੂੰ ਦਿੰਦੇ ਆ ਜਿਹਨਾਂ ਦਾ ਪ੍ਰੈਸ ਦੇ ਨਾਲ ਦੂਰ ਦੂਰ ਦਾ ਵੀ ਕੋਈ ਨਾਤਾ ਨਹੀਂ, ਦੂਰ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ, ਮਾਈਕ ਕਿਸੇ ਨੂੰ ਪਕੜਨਾ ਹੀ ਨਹੀਂ ਆਉਂਦਾ, ਗੱਲ ਕਿਸੇ ਨੂੰ ਕਰਨੀ ਆਉਂਦੀ ਹੈ। ਉਹ ਫਿਰ ਕੀ ਕਰਦੇ ਆ ਕਿ ਉਹ ਆਪਣੀ ਜਿਹੜੀ ਉਹ ਜਿਹੜਾ ਪ੍ਰੈਸ ਦਾ ਜਿਹੜਾ ਉਹਦਾ ਕੋਈ ਕਾਰਡ ਹੁੰਦਾ ਉਹਦੀ ਉਹ ਦੁਰਵਰਤੋਂ ਕਰਦੇ ਆ, ਜਿਹੜੀ ਉਹ ਬਹੁਤ ਮੰਦਭਾਗੀ ਦੁਰਭਾਗਿਆ ਵਾਲੀ ਗੱਲ ਹੈ। ਅਤੇ ਜੇ ਕਿਸੇ ਸੱਜਣ ਨੂੰ, ਕਿਸੇ ਦੋਸਤ ਨੂੰ, ਕੋਈ ਇੱਦਾਂ ਦਾ ਪੱਤਰਕਾਰ, ਕੋਈ ਵਪਾਰੀ ਨੂੰ, ਕੋਈ ਸਰਕਾਰੀ ਕਰਮਚਾਰੀ ਨੂੰ ਕੋਈ ਇੱਦਾਂ ਦਾ ਮਿਲਦਾ ਵਾ, ਕੋਈ ਮਿਸਯੂਜ ਕਰਦਾ ਮਿਲਦਾ ਜਾਂ ਉਹਨੂੰ ਬਲੈਕਮੇਲ ਕਰਦਾ ਵਾ, ਤਾਂ ਉਹ ਜਿਹੜਾ ਸਾਡਾ ਜਿਹੜਾ ਪ੍ਰੈਸ ਕਲੱਬ ਹੈ ਆਜ਼ਾਦ ਜਨ ਪ੍ਰੈਸ ਕਲੱਬ ਪੰਜਾਬ ਰਜਿਸਟਰਡ, ਉਹਦੇ ਧਿਆਨ ਦੇ ਵਿੱਚੋਂ ਜ਼ਰੂਰ ਮਾਮਲਾ ਲਿਆਂਦਾ ਜਾਵੇ ਤਾਂ ਜੋ ਅਸੀਂ ਉਹਦੇ 'ਤੇ ਉੱਚ ਪੜਤਾਲ ਕਰਕੇ ਉਹਦੇ 'ਤੇ ਕਾਰਵਾਈ ਕੀਤੀ ਜਾਏ, ਪ੍ਰਸ਼ਾਸਨ ਦੇ ਧਿਆਨ 'ਚ ਮਾਮਲਾ ਲਿਆ ਜਾਏ। ਤਾਂ ਮੇਰੀ ਜਿਹੜੀ ਸਾਡੀ ਜਿਹੜੀ ਯੂਨੀਅਨ ਹੈ, ਅਸੀਂ ਬਹੁਤ ਜਲਦ ਹੀ ਇੱਕ ਜਿਹੜੀ ਸਾਡੀ ਮੈਂਬਰ ਹੈਗੇ ਜਿੰਨੇ ਵੀ 30 ਤੋਂ 35 ਮੈਂਬਰ ਹੈ, ਇੱਕ ਲਿਸਟ ਪ੍ਰਸ਼ਾਸਨ ਦੇਣੇ ਜਾ ਰਹੇ ਹਾਂ, ਤਾਂ ਕਿ ਮੈਨੂੰ ਪਤਾ ਲੱਗਾ ਵੀ ਕੁਛ ਲੋਕ ਸਾਡੇ ਕਲੱਬ ਦਾ ਨਾਂ ਵੀ ਇਸਤੇਮਾਲ ਕਰ ਰਹੇ ਆ। ਅਤੇ ਜਦੋਂ ਫਿਰ ਉਹ ਇੱਦਾਂ ਦਾ ਕੋਈ ਬੰਦਾ ਜਾਂ ਇੱਦਾਂ ਕੋਈ ਪੱਤਰਕਾਰ ਸਾਡੇ ਨਿਗਾਹ 'ਚ ਆ ਜਾਂਦਾ ਵਾ ਤਾਂ ਉਹਦੇ ਖਿਲਾਫ਼ ਅਸੀਂ ਸਖ਼ਤ ਕਾਰਵਾਈ ਕਰਾਵਾਂਗੇ। 40 ਸਾਲ ਪਹਿਲੇ ਜਿਹੜੇ ਜਿਹੜੀ ਪੱਤਰਕਾਰੀ ਦਾ ਜਿਹੜਾ ਰੁਤਬਾ ਸੀ ਨਾ ਇਹ ਹੁੰਦਾ 40 ਔਰ 50 ਸਾਲ ਤੋਂ ਪਹਿਲਾਂ ਕਿ ਕਿਸੇ ਨੇ ਖ਼ਬਰ ਲਵਾਉਣੀ ਹੁੰਦੀ ਤਾਂ ਪੱਤਰਕਾਰ ਨੂੰ ਲੱਭਦਾ ਸੀਗਾ ਵੀ ਪੱਤਰਕਾਰ ਕਿੱਥੇ ਆ, ਚਾਹੇ ਉਹ ਕੋਈ ਬਹੁਤ ਵੱਡਾ ਅਫਸਰ ਹੋਵੇ, ਚਾਹੇ ਕੋਈ ਛੋਟੀ ਮੋਟੀ ਗੱਲ ਹੋਵੇ, ਕਿਉਂਕਿ ਪੱਤਰਕਾਰਿਤਾ ਹੀ ਇਹੋ ਜਿਹਾ ਰਾਹ ਵਾ ਜਿਹਦੇ ਵਿੱਚ ਚਪੜਾਸੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੂੰ ਪੱਤਰਕਾਰ ਦੀ ਜ਼ਰੂਰਤ ਹੁੰਦੀ ਆ। ਇਸ ਕਰਕੇ ਇਹ ਹੁਣ ਅੱਗੇ ਜਿਹੜੀਆਂ ਪੱਤਰਕਾਰ ਜਿਹੜੀ ਰਜਿਸਟਰਡ ਹੁੰਦੀ ਸੰਸਥਾ ਉਹ ਸੈਂਟਰ ਗੌਰਮੈਂਟ ਤੋਂ ਰਜਿਸਟਰਡ ਹੁੰਦੀ, ਉੱਥੋਂ ਨੰਬਰ ਮਿਲਦਾ ਸੀਗਾ ਅਤੇ ਜਾ ਕੇ ਚੱਲਦਾ ਸੀ। ਹੁਣ ਮੈਨੂੰ ਪਤਾ ਲੱਗਾ ਕੁਛ ਉਦਯੋਗ ਘਰਾਣੇ, ਉਦਯੋਗਿਕ ਜਿਹੜੇ ਸੰਸਥਾਨ ਹੈਗੇ ਸਰਕਾਰੀ, ਉਹ ਵੀ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਲਾਇਸੈਂਸ ਦੇ ਜਾਂਦੇ ਆ। ਉਹ ਜਦੋਂ ਉਹਨਾਂ ਦੇ ਹੱਥ 'ਚ ਲਾਇਸੈਂਸ ਆ ਜਾਂਦਾ ਵੀ ਉਹ ਪਾਵਰ ਆ ਜਾਂਦੀ, ਵੀ ਉਹ ਪੱਤਰਕਾਰੀ ਨਹੀਂ ਰਹਿੰਦੀ, ਉਹ ਫਿਰ ਦੁਕਾਨਦਾਰੀ ਬਣ ਜਾਂਦੀ। ਅਤੇ ਦੁਕਾਨਦਾਰੀ ਦੇ ਵਿੱਚ ਹੁੰਦਾ ਕਿ ਜਿੰਨੇ ਗਾਹਕ ਮੇਰੇ ਕੋਲ ਆਏ ਅਤੇ ਮੈਨੂੰ ਉਹਦਾ ਫਾਇਦਾ ਹੀ ਆ, ਜੇ ਮੈਂ 5-10 ਰੋਜ਼ ਦੇ ਕਾਰਡ ਛਾਪਾਂਗਾ ਤਾਂ 20-25 ਹਜ਼ਾਰ ਰੁਪਈਆ ਮੈਨੂੰ ਮਹੀਨੇ ਦਾ ਆਸਾਨੀ ਨਾਲ ਲੱਭੂਗਾ। ਉਹਨਾਂ ਨੂੰ ਇਸ ਗੱਲ ਨਾਲ ਨਹੀਂ ਕੋਈ ਮਤਲਬ ਹੈ
ਵੀ ਇਸ ਗੱਲ ਨਾਲ ਪੱਤਰਕਾਰੀ ਨੂੰ ਖਤਰਾ ਪੈ ਰਿਹਾ, ਪੱਤਰਕਾਰ ਬਦਨਾਮ ਹੋ ਰਹੇ ਆ, ਇਹ ਧੰਦੇ ਦੇ ਉੱਤੇ ਲੱਛਣ ਲੱਗ ਰਹੇ ਆ, ਲੋਕ ਗੱਲਾਂ ਕਰ ਰਹੇ ਆ, ਉਹਨਾਂ ਨੂੰ ਮਤਲਬ ਹੁੰਦਾ ਕਿ ਆਪਾਂ ਕਿਸ ਤਰ੍ਹਾਂ ਆਪਣੀ ਜੇਬ ਭਰਨੀ। ਇਸ ਕਰਕੇ ਆਹ ਜਿਹੜਾ ਥੋੜਾ ਜਿਹਾ ਤੁਹਾਡਾ ਸਵਾਲ ਤਾਂ ਜਾਇਜ਼ ਆ, ਪਰ ਇਹਦੇ ਤੇ ਸਮਾਧਾਨ ਕਰਨਾ ਜਿਹੜਾ ਥੋੜਾ ਜਿਹਾ ਔਖਾ ਵਾ। ਮੈਂ ਅੱਜ ਆਪਣੇ ਕਲੱਬ ਦੇ ਜਿਹੜੇ ਮੇਰੇ ਮੈਂਬਰ ਬੈਠੇ ਆ, ਜਿਹਨਾਂ ਵਿੱਚ ਅੱਜ ਕਸ਼ਮੀਰ ਸਿੰਘ ਜੀ ਪੰਡਾਲ, ਮਦਨ ਲਾਲ ਜੀ, ਰੋਹਿਤ ਜੀ, ਬਲਜੀਤ ਕਾਂਜਲੀ ਜੀ, ਸੰਤੋਖ ਸਿੰਘ ਭੋਲਾ ਜੀ, ਵਿਕਰਾਂਤ ਪ੍ਰਭਾਕਰ ਜੀ, ਮੈਂ ਇਹ ਗੱਲ ਰੱਖਣਾ ਚਾਹੁੰਦਾ ਵਾਂ, ਜਿਹੜੇ ਚੈਨਲ ਵਾਲੇ ਆ, ਵੈਬ ਚੈਨਲ ਵਾਲੇ ਆ, ਜਾਂ ਹੋਰ ਵੀ ਕੋਈ ਚੈਨਲ ਵਾਲਾ, ਉਹਨਾਂ ਨੂੰ ਦੱਬ ਨਹੀਂ ਦਿੰਦਾ ਵਾਂ, ਕਿ ਤੁਸੀਂ ਕਾਰਡ ਇਸ਼ੂ ਕਰਨ ਤੋਂ ਪਹਿਲੇ ਪੱਤਰਕਾਰ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਾਰਡ ਇਸ਼ੂ ਕੀਤਾ ਜਾਵੇ। ਜਿਹੜਾ ਬੰਦਾ ਕਾਰਡ ਲੈ ਕੇ ਉਹ ਗਲਤ ਉਹਦਾ ਯੂਜ ਕਰਦਾ ਵਾ, ਬਲੈਕਮੇਲਿੰਗ ਕਰਦਾ ਵਾ, ਲੋਕਾਂ ਨੂੰ ਤੰਗ ਕਰਦਾ ਵਾ, ਜਾਂ ਧਮਕੀਆਂ ਦਿੰਦਾ, ਜਾਂ ਫੋਨ ਤੋਂ ਉਹਦੀ ਦੁਰਵਰਤੋਂ ਕਰਦਾ ਵਾ, ਤੇ ਉਹਦੇ ਖਿਲਾਫ਼ ਤੇ ਕਾਰਵਾਈ ਕੀਤੀ ਜਾਊਗੀ। ਚੈਨਲ ਦੇ ਖਿਲਾਫ਼ ਵੀ ਸਾਡਾ ਕਲੱਬ ਜਿਹੜਾ ਕਾਰਵਾਈ ਕਰਨ ਲਈ ਮਜਬੂਰ ਹੋ ਗਿਆ। ਪੁਲਿਸ ਨੂੰ ਆਪ ਵਿਜੀਲੈਂਸ ਸ਼ਿਕਾਇਤ ਕਰਾਂਗੇ, ਇਹਦੀ ਇਨਕੁਆਇਰੀ ਕਰਾਓ। ਇਹ ਜਿਹੜਾ ਲੋਕਾਂ ਨੂੰ ਬਲੈਕਮੇਲਿੰਗ ਦਾ ਧੰਦਾ ਜਿਹੜੇ ਕਰਦਾ ਪਿਆ, ਇਹਤੇ ਨੱਥ ਪਾਈਆਂ ਨੇ। ਔਰ ਅਸੀਂ ਸਾਡਾ ਕਲੱਬ ਵੀ ਸ਼ੁਰੂ ਤੋਂ ਹੀ ਬਲੈਕਮੇਲਿੰਗ ਜਾਂ ਪੱਤਰਕਾਰੀ ਜਿਹੜੀ ਕਰਦੇ ਆ, ਪੈਸੇ ਲੈ ਕੇ ਜਾਂ ਬਲੈਕਮੇਲ ਕਰਦੇ, ਉਹਨਾਂ ਦੇ ਖਿਲਾਫ਼ ਰਿਹਾ ਹੈ ਤੇ ਅੱਗੇ ਵੀ ਰਹੇਗਾ। ਜੈ ਹਿੰਦ।